ਸਾਡੇ ਨਾਲ ਅਸੀਂ ਤਾਂ ਬਹਿ ਕੇ ਰੋਟੀ ਖਾਣਾ ਵੀ ਖਾਵਾਂਗੇ, ਖੂਬ ਸਾਰੀ ਗੱਲਾਂ ਕਰਾਂਗੇ। ਉਹ ਕਹਿੰਦੀ ਅੱਜ ਮੇਰਾ ਤਾਂ ਗਰਵਾ ਚੌਦਾਂ ਵਰਤੇਗਾ, ਜਿੰਨਾ ਦਿਨ ਚੰਦਰਮਾ ਨਹੀਂ ਡਿੱਗੇ ਹੋਏਗਾ ਤਦ ਤੱਕ ਮੈਂ ਰੋਟੀ ਖਾ ਨਹੀਂ ਸਕਦੀ। ਕਹਿੰਦਾ ਅੱਛਾ ਕੋਈ ਗੱਲ ਨਹੀਂ। ਜਦੋਂ ਚੰਦਰਮਾ ਲੇਟ ਹੋਇਆ ਮਤਲਬ ਦੇਰ ਨਾਲ ਨਿਕਲਦਾ ਹੈ, ਉਹ ਕੀ ਕਰਦੇ ਉਹਨਾਂ ਨੂੰ ਭੁੱਖ ਲੱਗਦੀ, ਜੰਗਲ ਵਿੱਚ ਜਾ ਕੇ ਲੱਕੜੀਆਂ ਨੂੰ ਅੱਗ ਲਗਾ ਦਿੰਦੇ, ਥੋੜ੍ਹੀ ਜਿਹੀ ਦੂਰੀ 'ਤੇ ਜਾ ਕੇ ਸਫੇਦ ਰੰਗ ਦਾ ਕੱਪੜਾ ਲਗਾ ਦਿੰਦੇ ਅਤੇ ਖਾਰਾ ਕੀ ਕਹਿੰਦੇ ਕਿ ਮਾਂ ਬਈ ਬਹਿਣ ਬਈ ਚੰਦਰਮਾ ਨਿਕਲ ਆਇਆ, ਤੁਸੀਂ ਚੰਦਰਮਾ ਦੀ ਪੂਜਾ ਕਰ ਲੈ ਅਤੇ ਅਸੀਂ ਬੰਦਾ ਕਹਿੰਦੇ ਨਾਲ ਬਹਿ ਕੇ ਰੋਟੀ ਖਾ ਲਈਏ। ਕਹਿੰਦੀ ਅੱਛਾ ਚਲੋ ਠੀਕ ਹੈ। ਉਹ ਚੰਦਰਮਾ ਨੂੰ ਜਲ ਦਿੰਦਾ ਦੇਖ ਕੇ ਅਤੇ ਪਹਿਲਾਂ ਹੀ ਆਉਂਦੀ ਹੈ ਥੱਲੇ, ਪਹਿਲਾਂ ਹੀ ਡਰਾਈ ਪਾਉਂਦੀ ਹੈ ਮੂੰਹ ਵਿੱਚ, ਅਤੇ ਉਹ ਜਿਹੜਾ ਪਤੀ ਹੁੰਦਾ ਮੁਰਸ਼ਿਦ ਹੋ ਕੇ ਗਿਰ ਜਾਂਦਾ ਬੋਲੋ ਜਲ ਕੇ। ਤੇਰੀ ਨਾਮ ਚਲਦਾ ਤੇਰੀ ਨਾਮ ਪਾਣ ਪੈਰ ਤਾਰੀ ਨਾਮ ਸੁਤਰਾ ਖਾਈ ਨਾਮ ਤੇਰੀ ਨਾਮ ਚਲਦਾ ਤੇਰੀ ਨਾਮ ਪਾਣ ਪੈਰ ਤਾਰੀ ਨਾਮ ਸੁਤਰਾ ਜਗਾਈ ਨਾਮ ਰੁਕੜਾ ਮਨਾਈ ਨਾਮ ਤੇਰੋ ਕੁੜੀਓ ਕਰਵੜਾ ਜੈ ਸਭ ਸੁਹਾਗਨ ਕਰਵੜਾ ਜੈ ਕਰਵੜਾ ਵਟਾਇਆ ਜਦੋਂ ਉਹਦਾ ਪਤੀ ਮੁਰਸ਼ਿਦ ਹੋ ਕੇ ਗਿਰ ਜਾਂਦਾ ਤਾਂ ਉਹਦੇ ਸਰੀਰ ਵਿੱਚ ਤਾਂ ਕਾਲੇ ਕਾਲੇ ਕਾਂਟੇ ਹੁੰਦੇ ਨੇ, ਉਹ ਛੁੱਟ ਜਾਂਦੇ ਨੇ। ਅਤੇ ਰਾਣੀ ਕੀ ਕਰਦੀ ਹੈ ਕਿ ਉਹਨੂੰ ਪੂਰਾ ਮਤਲਬ ਉਹਨੂੰ ਗੋਦੀ ਵਿੱਚ ਉਹਦਾ ਸਿਰ ਲੈ ਕੇ ਆਉਂਦੇ, ਰੋਜ਼ ਇੱਕ ਸੂਈ ਨਿਕਾਲਦੀ ਹੈ ਉਹਦੇ ਸਰੀਰ ਵਿੱਚੋਂ। ਅਤੇ ਜਦੋਂ ਪੂਰਾ ਸਾਲ ਹੋ ਜਾਂਦਾ ਉਹਨੂੰ ਉਹਦੇ ਸਰੀਰ ਵਿੱਚ ਸੂਈਆਂ ਨਿਕਾਲਦੇ ਹੋਏ, ਅਤੇ ਆਉਂਦੇ ਸਾਲ ਫਿਰ ਕਰਵਾ ਚੌਥ ਆਉਂਦਾ ਇੱਕ ਸਾਲ ਬਾਅਦ, ਅਤੇ ਉਹ ਬਾਹਰ ਗਰਵਾ ਵੇਚਣ ਵਾਲਾ ਆਉਂਦਾ ਗਰਵਾ ਲੈਣ ਜਾਂਦੀ ਹੈ। ਉਹ ਆਪਣੀ ਗੋਲੀ ਨੂੰ ਕਹਿੰਦੀ ਕਿ ਗੋਲੀ ਜਿਹੜਾ ਮੇਰੇ ਪਤੀ ਦਾ ਸਿਰ ਆਪਣੇ ਗੁੱਟਿਆਂ ਵਿੱਚ ਲੈ ਕੇ ਦੈ, ਅਤੇ ਮੈਂ ਨਾ ਜਿਹੜਾ ਬਾਹਰੋਂ ਕਰਵਾ ਲਿਆਵਾਂ। ਉਹ ਕਰਵਾ ਲੈਣ ਜਾਂਦੀ ਹੈ ਅਤੇ ਗੋਲੀ ਜਿਹੜੀ ਹੁੰਦੀ ਹੈ ਆਪਣੇ ਗੁੱਟਿਆਂ ਵਿੱਚ ਉਹਦੇ ਪਤੀ ਦਾ ਸਿਰ ਰੱਖ ਕੇ ਬਹਿ ਜਾਂਦੀ ਹੈ, ਅਤੇ ਜਿਹੜੇ ਲਾਸਟ ਦੀ ਸੂਈ ਹੁੰਦੀ ਉਹਦੇ ਸਰੀਰ ਵਿੱਚ ਉਹਨੂੰ ਕੱਢ ਦਿੰਦੀ ਹੈ, ਕਿਉਂਕਿ ਜਿਹੜਾ ਪਤੀ ਹੁੰਦਾ ਮੁਰਸ਼ਿਦ ਅਵਸਥਾ ਤੋਂ ਜਾਗ ਜਾਂਦਾ, ਅਤੇ ਉਹ ਰਾਣੀ ਨੂੰ ਤਾਂ ਗੋਲੀ ਸਮਝ ਲੈਂਦਾ, ਗੋਲੀ ਨੂੰ ਰਾਣੀ ਸਮਝ ਲੈਂਦਾ। ਤੇਰੀ ਨਾਮ ਤੇਰੀ ਨਾਮ ਸੁਤੜਾ ਜਗਾਈ ਨਾਮ ਰੁਕੜਾ ਮਨਾਈ ਨਾਮ ਕੁੜੀਓ ਕਰਵੜਾ ਸਰ ਸੁਹਾਗਨ ਕਰਵੜਾ ਕਰਵੜਾ ਵਰਤਾਇਆ ਕੇ ਬੰਦਾ ਜੋੜੀ ਪਾਇਆ ਲੈ ਆਖੇ ਤੇਰੀ ਮਾਈ ਨੂੰ ਸੁਹਾਗ ਲੈ ਜਾਈ ਸਤਿਆ ਤੇਰੀ ਨਾਮ ਗੁੰਜ ਰੱਖੜਾ ਤੇਰੀ ਨਾਮ ਪਾਣ ਪੈਰ ਪਾਈ ਨਾਮ ਸੁਖੜਾ ਜਗਾਈ ਨਾ ਰੁਕੜਾ ਮਨਾਈ ਨਾ ਮੈਲਾ ਦੋਵੀ ਨਾ ਪਾਤਲਾ ਸੀ ਨਾ ਲੈਰੋ ਕੁੜੀਓ ਕਰਵੜਾ ਲੈ ਸਰ ਸੁਹਾਗਨ ਕਰਵੜਾ ਲੈ ਕਰਵੜਾ ਵਰਤਾਇਆ ਕੇ ਬੰਦਾ ਜੋ ਪਾਇਆ ਲੈ ਆਖੇ ਤੇਰੀ ਮਾਈ ਰਾਣੀ ਜਿਹੜੀ ਹੁੰਦੀ ਹੈ ਗੋਲੀ ਬਣ ਜਾਂਦੀ ਹੈ, ਜਿਹੜੀ ਗੋਲੀ ਹੁੰਦੀ ਹੈ ਰਾਣੀ ਬਣ ਜਾਂਦੀ ਹੈ। ਫਿਰ ਇੱਕ ਵਾਰੀ ਹੁੰਦਾ ਜਿਹੜਾ ਪਤੀ ਹੁੰਦਾ ਉਹ ਬਾਹਰ ਵਿਦੇਸ਼ ਜਾਣ ਲੱਗਦਾ, ਤਾਂ ਉਹ ਕਹਿੰਦਾ ਕਿ ਨਾ ਬਈ ਰਾਣੀ ਤੇਰੇ ਵਾਸਤੇ ਕੀ ਲਿਆਵਾਂ। ਕਹਿੰਦੀ ਮੇਰੇ ਵਾਸਤੇ ਤਾਂ ਹਾਰ ਸ਼ਿੰਗਾਰ ਲਿਆਉਣਾ, ਅਤੇ ਗੋਲੀ ਕਹਿੰਦੀ ਤੇਰੇ ਵਾਸਤੇ ਕੀ ਲਿਆਵਾਂ। ਉਹ ਕਹਿੰਦੀ ਮੇਰੇ ਵਾਸਤੇ ਗੁੜੀਆ ਪਟੋਲੇ ਲਿਆਉਣਾ। ਕਹਿੰਦਾ ਅੱਛਾ ਠੀਕ ਹੈ। ਉਹ ਜਦੋਂ ਵਿਦੇਸ਼ ਜਾਂਦਾ ਉਹਦੇ ਵਾਸਤੇ ਗੁੜੀਆ ਪਟੋਲੇ ਲਿਆਉਂਦਾ, ਤਾਂ ਉਹਦੇ ਵਾਸਤੇ ਹਾਰ ਸ਼ਿੰਗਾਰ ਲਿਆਉਂਦਾ। ਅਤੇ ਜਿਹੜੀ ਰਾਣੀ ਹੁੰਦੀ ਉਹ ਤਾਂ ਆਪਣਾ ਹਾਰ ਸ਼ਿੰਗਾਰ ਕਰਕੇ ਆਪਣਾ ਬਹਿ ਜਾਂਦੀ ਹੈ, ਤਿਆਰ ਤਿਆਰ ਹੋ ਕੇ
ਜਿਹੜੀ ਗੋਲੀ ਹੁੰਦੀ ਹੈ ਉਹ ਆਪਣਾ ਘਰ ਦੇ ਕੰਮ ਕੁੰਮ ਕਰਕੇ ਫਿਰ ਆਪਣਾ ਕਮਰੇ ਵਿੱਚ ਬਹਿ ਕੇ ਗੁੜੀਆ ਪਟੋਲਿਆਂ ਨਾਲ ਗੱਲ ਕਰਦੀ ਹੈ ਕਿ ਸੁਣੋ ਗੁੜੀਓ ਗੱਲ, ਮੇਰੀ ਜਿਹੜੀ ਰਾਣੀ ਸੀ ਉਹ ਗੋਲੀ ਬਣ ਗਈ, ਜਿਹੜੀ ਗੋਲੀ ਹੈਗੀ ਹੈ ਉਹ ਰਾਣੀ ਬਣ ਗਈ। ਅਤੇ ਇੱਕ ਵਾਰੀ ਉਹ ਆਉਂਦੇ ਜਾਂਦੇ ਨਾ ਉਹਦਾ ਜਿਹੜਾ ਪਤੀ ਹੁੰਦਾ ਉਹ ਸੁਣਦਾ ਹੈਗਾ, ਕਹਿੰਦਾ ਕੀ ਗੱਲ ਹੈ ਵੀ ਤੂੰ ਹਮੇਸ਼ਾ ਹੀ ਇਹੀ ਗੱਲ ਕਰਦੀ ਹੈ ਜਿਹੜੀ ਰਾਣੀ ਆਈ ਉਹ ਗੋਲੀ ਬਣ ਗਈ, ਜਿਹੜੀ ਗੋਲੀ ਆਈ ਉਹ ਰਾਣੀ ਬਣ ਗਈ, ਵੀ ਇਹਦੇ ਪਿੱਛੇ ਕੀ ਗੱਲ ਹੈ। ਕਹਿੰਦੀ ਕਿ ਨਾ ਇਹਦੇ ਆਪਣੀ ਆਪ ਬੀਤੀ ਸਾਰੀ ਕਹਾਣੀ ਸੁਣਾਉਂਦੀ ਉਹਨੂੰ, ਕਹਿੰਦਾ ਅੱਜ ਤੋਂ ਬਾਅਦ ਜਿਹੜੀ ਰਾਣੀ ਆਈ ਉਹ ਰਾਣੀ ਰਹੇਗੀ, ਜਿਹੜੀ ਗੋਲੀ ਆਈ ਉਹ ਗੋਲੀ ਰਹੇਗੀ। ਨਾਮ ਲੈ ਕੇ ਨਾ ਆਪਣਾ ਆਪਣਾ ਨਾਮ ਲੈ ਲੈਣਾ, ਨਾਮ ਲਓ ਸਭ ਦੇ ਸਾਲ ਵਾਲ ਤਾਂ ਕਰੋ 14 ਦਾ ਪੰਜ ਸ਼ੁਰੂ।